ਪਾਰਟੀ ਜਾਂ ਗਵਰਨਮੈਂਟ ਕਿਸੇ ਨੂੰ ਰੋਕ ਨਹੀਂ ਸਕਦੀ। ਜਿੱਥੇ ਕਿਸੇ ਦਾ ਕੋਈ ਮਨ ਕਰਦਾ ਉਹ ਜਾਵੇ, ਪਰ ਜਿਹੜੇ ਆਰਡਰ ਨੇ ਉਹਨਾਂ ਆਰਡਰਾਂ ਦੇ ਹਿਸਾਬ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕਦੀ ਵੀ SIT ਤੋਂ ਵੱਖ ਨਹੀਂ ਸੀ ਕੀਤਾ ਗਿਆ। ਉਹ ਤਾਂ ਕੁਛ ਵੀ ਕਹਿ ਸਕਦਾ, ਜਿਹੜਾ ਚੋਰ ਕੀ ਦਾੜੀ ਮੈਂ ਤਿਨਕੇ ਵਾਲੀ ਗੱਲ ਆ ਕਿ ਜਿਹਨਾਂ ਆਦਮੀਆਂ ਦੇ ਉੱਤੇ ਜਿਹਨਾਂ ਦੇ ਜਿਹੜਾ ਸੀਗਾ ਕਿ ਗੁਰੂ ਦੀ ਬੇਅਦਬੀ ਕੀਤੀ ਆ, ਉਹਨਾਂ ਬਾਰੇ ਜੋ ਚੀਜ਼ਾਂ ਨੇ ਉਹਨਾਂ ਨੂੰ ਤਾਂ ਆਪਣਾ ਹੁਣ ਤੌਖਲਾ ਰਹੇਗਾ ਕਿ ਸਾਡੀਆਂ ਜਿਹੜੀਆਂ ਜੋ ਅਸੀਂ ਕੀਤਾ ਪੰਜਾਬ ਦੇ ਵਿੱਚ ਜੋ ਗੁਰੂ ਦੇ ਨਾਲ ਬੇਅਦਬੀ ਵੇਲੇ ਅਸੀਂ ਕੀਤਾ, ਉਹਦੇ 'ਤੇ ਉਸ ਟਾਈਮ 'ਤੇ ਕੋਈ ਐਕਸ਼ਨ ਨਹੀਂ ਲੈ ਸਕੇ। ਉਹ ਹੁਣ ਕਿਤੇ ਵੀ ਜਾਣਗੇ ਲਿੰਗਰਾਉਂਡ ਕਰਨ ਲਈ ਕਿ ਡਿਲੇ ਹੋ ਜੇ ਕਿ ਸਾਡੇ ਜਿਹੜੀ ਹੋਰ ਜਿੰਨਾ ਟਾਈਮ ਮਿਲ ਸਕਦਾ, ਪਰ ਮੇਰਾ ਖਿਆਲ ਹੈ ਕਿ ਹੁਣ ਇਹੋ ਜਿਹੀ ਕੋਈ ਚੀਜ਼ ਨਹੀਂ ਹੋਏਗੀ। ਲੋਕਾਂ ਦੇ ਸਾਹਮਣੇ ਸੱਚਾਈ ਹੈਗੀ ਆ, ਔਰ ਸੱਚਾਈ ਜਿਹੜੀ ਆ, ਜਿਹੜੇ ਕਹਿੰਦੇ ਸੀ ਕਿ ਵੈਂਡੇਟਾ ਪੋਲਿਟਿਕਸ ਚੱਲਦੀ, ਉਹ ਕੈਪਟਨ ਸਾਹਿਬ ਨੇ ਬਿਲਕੁਲ ਉਹਨਾਂ ਨੂੰ ਇੱਕ ਕਲੀਅਰ ਕੱਟ ਇੰਡੀਕੇਸ਼ਨ ਦੇ ਦਿੱਤੇ ਕਿ ਵੈਂਡੇਟਾ ਵੀ ਨਹੀਂ ਅਤੇ ਕਿਸੇ ਨਾਲ ਪਾਰਸ਼ੈਲਿਟੀ ਵੀ ਨਹੀਂ, ਜਸਟਿਸ ਦੇਵਾਂਗੇ। ਔਰ ਉਹ ਜਿਹੜਾ ਚਲਾਨ ਪੇਸ਼ ਕੋਰਟ ਹੁਣ ਦੇਖੇਗੀ ਕਿ ਸਜ਼ਾਵਾਂ ਕਿਵੇਂ ਦੇਣੀਆਂ ਅਤੇ ਕੀ ਕਰਨਾ। ਸਰ ਗੌਰਮੈਂਟ ਨੇ ਆਪਣਾ ਜਿਹੜਾ ਪੱਖ ਕੋਰਟ ਦੇ ਵਿੱਚ ਰੱਖ ਦਿੱਤਾ। ਮੇਰਾ ਨਹੀਂ ਖਿਆਲ, ਕੱਲ੍ਹ ਦੀ ਤੁਸੀਂ ਜਿਹੜੀ ਦੇਖੀ ਆ ਇਹੋ ਜਿਹੀ ਕੋਈ ਚੀਜ਼ ਨਹੀਂ। ਸਾਡੇ ਜਿੰਨੇ ਕਲੈਕਟਿਵ ਰਿਸਪੋਂਸੀਬਿਲਿਟੀ ਹੁੰਦੀ ਆ, ਚਾਹੇ ਉਹ ਕੈਬਨਿਟ ਹੋਏ ਚਾਹੇ ਆਫਿਸਰ, ਕੋਈ ਕੋਈ ਸਿੱਟ ਬਣੇ, ਉਹਦੇ ਸਾਰਿਆਂ ਦਾ ਫੈਸਲਾ ਮੰਨਿਆ ਜਾਂਦਾ।